ਅੰਤਿ ਸਤ੍ਰਿਆਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਨਵੀਂ ਕਿਰਨ ਵਿੱਚ ਤੇ ਅੱਜ ਦਾ ਸਾਡਾ ਜਿਹੜਾ ਵਿਸ਼ੇ ਹੈ ਉਹ ਹੈ ਕਰਮਾ ਦੀ ਗੂੜ ਗਤੀ ਸਾਡੇ ਮਨ ਚ ਇਹ ਬਹੁਤ ਖਲਬਲੀ ਮਚਾ ਦਿੰਦਾ ਇੱਕ ਪ੍ਰਸ਼ਨ ਜਿਹੜਾ ਅਸੀਂ ਸੋਚ-ਸੋਚ ਕੇ ਦੁਖੀ ਹੁੰਦੇ ਹਾਂ ਜਦ ਸਾਡੇ ਨਾਲ ਕੁਝ ਬੁਰਾ ਵਿਵਧਿਤ ਹੁੰਦਾ ਹੈ ਕਿ ਇਹ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ ਮੈਂ ਹੀ ਕਿਉਂ ਲੇਕਿਨ ਇਹਦਾ ਕਦੀ ਵੀ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਅਸੀਂ ਸੋਚ-ਸੋਚ ਕੇ ਹੋਰ ਦੁਖੀ ਹੋ ਜਾਂਦੇ ਹਾਂ ਇਸ ਹੀ ਵਿਸ਼ੇ ਉੱਪਰ ਸਾਡੇ ਨਾਲ ਅੱਜ ਗੱਲ ਕਰਨ ਵਾਸਤੇ ਸਾਡੇ ਮੁੱਖ ਮਹਿਮਾਨ ਹੈ ਬ੍ਰਹਮ ਕੁਮਾਰੀ ਸੁਸ਼ਮਾ ਦੀਦੀ ਦੀਦੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਵਿੱਚ ਅੱਜ ਓਮ ਸ਼ਾਂਤੀ ਧੰਨਵਾਦ ਓਮ ਸ਼ਾਂਤੀ ਦੀਦੀ ਹਮ ਸਾਡੇ ਦਿਲ ਵਿੱਚ ਇਹ ਬਾਰ-ਬਾਰ ਖਲਬਲੀ ਮਚਾਉਂਦਾ ਇੱਕ ਪ੍ਰਸ਼ਨ ਜਦ ਕੁਝ ਬੁਰਾ ਹੁੰਦਾ ਹੈ ਅਸੀਂ ਇਹ ਸੋਚਦੇ ਹਾਂ ਕਿ ਇਹ ਕਿਉਂ ਹੋ ਰਿਹਾ ਹੈ ਫਿਰ ਲੋਕ ਕੀ ਸਾਨੂੰ ਸਾਨੂੰ ਬੁਤੀ ਦੇਣ ਵਾਸਤੇ ਕਹਿ ਦਿੰਦੇ ਆ ਕਿ ਤੁਹਾਡੇ ਕੋਈ ਬੁਰੇ ਕਰਮ ਹੋਣਗੇ ਬਟ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ कि कर्म होंगे की है गीता किया गया है कुरुक्षेत्र कर्मक्षेत्रे क्षेत्र जड़ी सृष्टि है कर्म क्षेत्र है कर्म तो बिना कोई रहा ही नहीं चाहे जीव जंतु हो चाहे मनुष्य हो पैदा हुंदा बच्चा ओद भी कर्म तो शुरू हो ही जाता है और कर्म ਦੇ ਨਾਲ ਹੀ ਇਨਸਾਨ ਹੈ ਕਈ ਵਾਰ ਤੁਸੀਂ ਦੇਖਦੇ ਹੋ ਕਈ ਹੈਂਡੀਕੈਪ ਬੱਚੇ ਆ ਕਈ ਗਰੀਬ ਆ ਅਮੀਰ ਆ ਪਰ ਕਰਮ ਤਾਂ ਹਰ ਕੋਈ ਕਰ ਰਿਹਾ ਕੋਈ ਦੇਖਣ ਦਾ ਕਰ ਰਿਹਾ ਕੋਈ ਸੁਣਨ ਦਾ ਕਰ ਰਿਹਾ ਕੋਈ ਖਾਣ ਦਾ ਕਰ ਰਿਹਾ ਤੇ ਕਰਮ ਦਾ ਜਿਹੜਾ ਬੀਜ ਹੈ ਬੀਜ ਹੈ ਸਾਡੇ ਮਨ ਦੇ ਵਿਚਾਰ ਪਹਿਲੇ ਮਨ ਵਿੱਚ ਵਿਚਾਰ ਆਂਦਾ ਇਹ ਕਰਾਂ ਬਸ ਉਸ ਤੋਂ ਬਾਅਦ ਅਸੀਂ ਕਰਨਾ ਸ਼ੁਰੂ ਕਰਦੇ ਆ ਤੇ ਜਿਹੜਾ ਕਰਮ ਅਸੀਂ ਕਿਸੇ ਵੀ ਕਰਮ ਇੰਦਰੀ ਨਾਲ ਕਰਦੇ ਆ चाहे हाथ है मुंह है नक है अखा है कन्न है पैर है किसी भी कर्म इंद्री होम कह कर्म हो गए बट तरह पता चलेगा कि जो भी कर्म या एक्शन कर रहे हैं वो ठीक है या गलत है कर्म तो मनुष्य सारा दिन कर ही रहा है अच्छा या बुरा कर्म जो मोटा मोटी देखिए ਤੇ ਅچھے ਕਰਮ ਉਹ ਨੇ ਜਿਹੜੇ ਕਿਸੇ ਇਨਸਾਨ ਨੂੰ ਖੁਦ ਨੂੰ ਵੀ ਸੁੱਖ ਦੇਣ ਦੂਸਰਿਆਂ ਨੂੰ ਵੀ ਸੁੱਖ ਦੇਣ ਉਹ ਹੈ ਅੱਛਾ ਕਰਮ ਪਰ ਕਈ ਵਾਰ ਕਈ ਕਰਮ ਐਸੇ ਨੇ ਮੈਨੂੰ ਸੁੱਖ ਦਿੰਦੇ ਆ ਦੂਜਿਆਂ ਨੂੰ ਨਹੀਂ ਦਿੰਦੇ ਉਹ ਫਿਰ ਅੱਛਾ ਕਰਮ ਨਹੀਂ ਹੈ ਉਹ ਬੁਰੇ ਕਰਮ ਚਾਏਗਾ ਉਹ ਲੇਕਿਨ ਸਾਨੂੰ ਕਿਸ ਤਰ੍ਹਾਂ ਉਹਦਾ ਫਰਕ ਕਿਸ ਤਰ੍ਹਾਂ ਪਤਾ ਚਲੇਗਾ ਕਿ ਕਈ ਵਾਰੀ ਹੁੰਦਾ ਕਿ ਮੈਂ ਜੋ ਕੋਈ ਕਰਮ ਕੀਤਾ ਜਾਂ ਕੋਈ ਵੀ ਐਕਸ਼ਨ ਕੀਤਾ ਉਹ ਮੇਰੇ ਅਕੋਰਡਿੰਗਲੀ ਠੀਕ ਹੋਏਗਾ ਪਰ ਬਾਕੀਆਂ ਦੇ ਅਕੋਰਡਿੰਗਲੀ ਸ਼ਾਇਦ ਠੀਕ ਨਾ ਹੋਵੇ ਮੈਂ ਕਿਸੇ ਨੂੰ ਸ਼ਾਇਦ ਦੁੱਖ ਨਹੀਂ ਵੀ ਪੁਚਾ ਰਹੀ ਲੇਕਿਨ ਫਿਰ ਵੀ ਬਾਕੀਆਂ ਨੂੰ ਸ਼ਾਇਦ ਉਹਦੇ ਨਾਲ ਸੁੱਖ ਨਾ ਮਿਲੇ ਉਹਨਾਂ ਦੇ ਅਕੋਰਡਿੰਗਲੀ ਉਹ ਚੀਜ਼ ਠੀਕ ਨਾ ਹੋਵੇ ਅਸੀਂ ਕਿਸ ਤਰ੍ਹਾਂ ਫਰਕ ਪਛਾਨ ਸਕਦੇ ਆ ਦਾ ਜੇ ਅਸੀਂ ਕੋਈ ਕਰਮ ਆਪਣੀ ਕੋਈ ਸਵਾਰਥ ਆਪਣੀ ਕੋਈ ਇੱਛਾ ਰੱਖ ਕੇ ਕਰ ਰਹੇ ਹਾਂ ਉਹ ਕਰਮ ਜਿਹੜਾ ਹੈ ਉਹ ਸਾਨੂੰ ਦੁੱਖ ਦਿੰਦਾ ਹੈ ਸਾਨੂੰ ਵੀ ਦੁੱਖ ਦਿੰਦਾ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ ਜਿਹੜਾ ਕਰਮ ਅਸੀਂ ਕੋਈ ਵੀ ਤਰ੍ਹਾਂ ਦਾ ਡਿਸਪਲਿਨ ਤੋੜ ਕੇ ਕਰਦੇ ਆ ਉਹ ਕਰਮ ਕਈ ਵਾਰ ਸਾਨੂੰ ਲੱਗਦਾ ਬੜਾ ਥ੍ਰਿਲਿੰਗ ਹੈ ਜਿੱਦਾਂ ਰੈੱਡ ਲਾਈਟ ਹੈ ਜਿਵੇਂ ਆਪਣੀ ਗੱਡੀ ਕੱਢ ਲਈ ਔਰ ਸਪਾਈ ਨੇ ਨਹੀਂ ਦੇਖਿਆ ਬੜਾ ਥ੍ਰਿਲਿੰਗ ਐਕਸਪੀਰੀਅੰਸ ਹੈ ਕਿਉਂਕਿ ਮੈਂ ਮੈਨੂੰ ਥ੍ਰਿਲਿੰਗ ਕੀ ਚੀਜ਼ ਹੈ ਮੈਂ ਡਿਸਪਲਿਨ ਤੋੜ ਦਿੱਤਾ ਲੇਕਿਨ ਜਿਹੜੇ ਹੋਰ ਦੇਖ ਰਹੇ ਹੁੰਦੇ ਆ ਔਰ ਜੇ ਸੱਚਮੁੱਚ ਸਪਾਈ ਨੇ ਫੜ ਲਿਆ ਔਰ ਉਹ ਇੱਕ ਪਾਸੇ ਲੈ ਜਾਂਦਾ ਕੱਟਦਾ ਚਲਾਨ ਫਿਰ ਦੇਖੋ ਸੁੱਖ ਮਿਲਦਾ ਹੈ ਕਿ ਦੁੱਖ ਮਿਲਦਾ ਹੈ ਤੇ ਕੋਈ ਵੀ ਕਰਮ ਚਾਹੇ ਉਹ ਸਵਾਰਥ ਵਾਸ ਕਰਦੇ ਆ ਚਾਹੇ ਕਿਸੇ ਦੇ ਕਿਸੇ ਦੇ ਲਈ ਨਹੀਂ ਆਪਣੇ ਲਈ ਕਰਦੇ ਰਹਿੰਦੇ ਆ ਡਿਸਪਲਿਨ ਤੋੜ ਕੇ ਕਰਦੇ ਆ ਉਹ ਕਰਮ ਦੁਖਦਾਈ ਹੈ ਉਹ ਕਰਮ ਸਾਡੇ 네ਗੇਟਿਵ ਵਿੱਚ ਜਾਣਗੇ ਬਟ ਕਈ ਵਾਰੀ ਸਾਡੀ ਇੰਟੈਂਸ਼ਨਸ ਨਹੀਂ ਹੁੰਦੀਆਂ ਕੁਝ ਗਲਤ ਕਰਨ ਦੀਆਂ ਫਿਰ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਇਹ ਜਿਹੜਾ ਵੀ ਕਰਮ ਅਸੀਂ ਕੀਤਾ ਉਹ ਠੀਕ ਹੈ ਜਾਂ ਗਲਤ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟ੍ਰੈਫਿਕ ਲਾਈਟ ਨੂੰ ਜੰਪ ਕੀਤਾ ਰੈਡ ਲਾਈਟ ਨੂੰ ਉਹ ਤਾਂ ਗਲਤ ਕੀਤਾ ਬਟ ਅਦਰਵਾਈਜ਼ ਕਈ ਵਾਰੀ ਹੁੰਦਾ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ ਇੰਟੈਂਸ਼ਨ ਠੀਕ ਹੁੰਦੀ ਹੈ ਲੇਕਿਨ ਉਹ ਕੰਮ ਠੀਕ ਨਹੀਂ ਹੁੰਦਾ ਉਹਦਾ ਰਿਜ਼ਲਟ ਠੀਕ ਨਹੀਂ ਮਿਲਦਾ ਉਹਦੇ ਫਿਰ ਇਹ ਹੈ ਇੱਕ ਡੀਪ ਗੱਲ ਹੈ ਕਰਮ ਤਾਂ ਅਸੀਂ ਕਰ ਰਹੇ ਹਾਂ ਪਰ ਜਿਹੜਾ ਸਾਡਾ ਅੰਦਰ ਇੰਟੈਂਸ਼ਨ ਜਿਹੜਾ ਹੈ ਉਹ ਜਿਹੜਾ ਸਾਡਾ ਭਾਵ ਹੈ ਉਹ ਕੀ ਹੈ ਕਿਤੇ ਇਹ ਭਾਵ ਤਾਂ ਨਹੀਂ ਕਿ ਸਾਰੇ ਲੋਕ ਮੈਨੂੰ ਦੇਖਣ ਸਾਰੇ ਕਹਿਣ ਹਾਂ ਇਹ ਤਾਂ ਬਹੁਤ ਚੰਗੀ ਹੈ ਉਹ ਤਾਂ ਇੱਕ ਐਕਸਪੈਕਟੇਸ਼ਨ ਹੋ ਰਹੀ ਹੈ ਐਕਸਪੈਕਟੇਸ਼ਨ ਹੋ ਗਈ ਤੱਕਈ ਵਾਰ ਅਸੀਂ ਸ਼ੋਅ ਆਫ ਕਰਨ ਲਈ ਵੀ ਇਹ ਕੰਮ ਕਰਦੇ ਹਾਂ ਉਹਦੇ ਵਿੱਚ ਫਿਰ ਅਸੀਂ ਗੜਬੜਾ ਜਾਂਦੇ ਹਾਂ ਲੇਕਿਨ ਜਿਹੜਾ ਵੀ ਕਰਮ ਅਸੀਂ ਕਰ ਰਹੇ ਹਾਂ ਅਗਰ ਕਰਮ ਵਿੱਚ ਆਪਣਾ ਮਨ ਲਗਾ ਕੇ ਕਰੀਏ ਔਰ ਆਪਣੇ ਆਪ ਨੂੰ ਅਸੀਂ ਕਨਸੈਂਟਰੇਟਡ ਕਰਕੇ ਕਰੀਏ ਤਾਂ ਸਾਡੇ ਕਰਮ ਚੰਗੇ ਕਰਮ ਸੋਹਣੇ ਕਰਮ ਸੁਖਦਾਈ ਕਰਮ ਬਟ ਐਕਸਪੈਕਟੇਸ਼ਨ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਦ ਅਸੀਂ ਐਕਸਪੈਕਟ ਕਰਦੇ ਹਾਂ ਕਿਸੇ ਵਾਸਤੇ ਕੋਈ ਹੈਲਪ ਕਰਕੇ ਜਾਂ ਕੁਝ ਵੀ ਇੱਕ ਬੜੀ ਬੇਸਿਕ ਚੀ ਹਿਊਮਨ ਨੇਚਰ ਹੈ ਕਿ ਐਕਸਪੈਕਟੇਸ਼ਨ ਵੱਧ ਜਾਂਦੀ ਹੈ ਕਿ ਹਾਂ ਮੈਂ ਕਿਸੇ ਵਾਸਤੇ ਅੱਛਾ ਕੀਤਾ ਹੈ ਚਲੋ ਐਕ ਤਦੀ ਮੈਨੂੰ ਵੀ ਲੋਡ ਪੈਗੀ ਇਹ ਮੇਰੇ ਵਾਸਤੇ ਕਰਨਗੇ ਜੇ ਨਹੀਂ ਕਰਦਾ ਤੇ ਉਹਦਾ ਇੱਕ ਬਹੁਤ ਵੱਡਾ ਸੈਟਬੈਕ ਲੱਗਦਾ ਹੈ ਦੁੱਖ ਮਿਲਦਾ ਹੈ ਉਸ ਚੀਜ਼ ਦਾ ਕਿ ਮੈਂ ਇਹਦੇ ਵਾਸਤੇ ਕੀਤਾ ਸੀ ਜਦ ਇਹਨੂੰ ਲੋੜ ਸੀਗੀ ਐਨੇ ਮੇਰੇ ਵਾਸਤੇ ਕੁਝ ਨਹੀਂ ਕੀਤਾ ਇੱਥੇ ਮੈਂ ਤੁਹਾਨੂੰ ਇਹ ਕਹਿਣਾ ਚਾਹਨੀ ਹਾਂ ਐਕਸਪੈਕਟੇਸ਼ਨ ਇੱਕ ਹੈ ਜੇ ਮੈਂ ਆਂਬ ਦਾ ਇੱਕ ਪੇੜ ਲਗਾਇਆ ਇਹਦੇ ਤੇ ਆਂਬ ਲੱਗਣਗੇ ਮੈਂ ਵੀ ਖਾਵਾਂਗੀ ਪਰਿਵਾਰ ਵੀ ਖਾਏਗਾ ਅੜੋਸੀ ਪੜੋਸੀ ਵੀ ਖਾਂਗੇ ਇਹ ਤਾਂ ਬਹੁਤ ਠੀਕ ਹੋ ਗਿਆ ਤੇ ਉਹ ਆਂਬ ਲੱਗ ਵੀ ਜਾਂਦਾ ਉਹਦੇ ਤੇ ਆਂਬ ਵੀ ਲੱਗਦੇ ਆ ਅਸੀਂ ਸਾਰੇ ਇੰਜੋਏ ਕਰਦੇ ਆ ਪਰ ਜਿਸ ਦਿਨ ਮੈਂ ਉਸ ਆਂਬ ਨੂੰ ਕੱਟ ਦਿੰਨੀ ਆ ਕਿਸੇ ਵੀ ਕਾਰਨ ਤੇ ਉੱਥੇ ਕੋਈ ਕੰਸਟਰਕਸ਼ਨ ਕਰਨਾ ਚਾਹੁੰਦੇ ਆ ਆਂਬ ਦੀ ਲੱਕੜੀ ਚਾਹੀਦੀ ਹੈ ਜਾਂ ਕੋਈ ਵੀ ਕਾਰਨ ਤੇ ਹੁਣ ਤੁਸੀਂ ਦੇਖੋ ਇਹ ਕਿਹੜਾ ਕਰਮ ਹੋਇਆ ਮੇਰਾ ਏ ਐਕਸਪੈਕਟੇਸ਼ਨ ਤਾਂ ਠੀਕ ਸੀ ਕਿ ਮੈਂ ਤੁਹਾਨੂੰ ਮਦਦ ਕੀਤੀ ਇਸ ਕਰਕੇ ਕਿ ਤੁਸੀਂ ਮੈਨੂੰ ਵੀ ਕਰੋਗੇ ਪਰ ਜਿਹੜਾ ਅਸੀਂ ਸਵਾਰਥ ਵਸ਼ ਕਰ ਰਹੇ ਆਂ ਜੇ ਮੈਨੂੰ ਉਹ ਅੰਬ ਦਾ ਪੇੜ ਕਟਣਾ ਵੀ ਪੈਂਦਾ ਹਾਂਜੀ ਹੋ ਸਕਦਾ ਉੱਥੇ ਅਸੀਂ ਹੁਣ ਕੋਈ ਕੰਸਟਰਕਸ਼ਨ ਕਰਨੀ ਆਂ ਅੱਜਕੱਲ ਟੈਕਨੋਲੋਜੀ ਬੜੀ ਹਾਈ ਫਾਈ ਆ ਰਹੀ ਹੈ ਔਰ ਹਰ ਕੋਈ ਕੁਝ ਕਰ ਰਿਹਾ ਹੈ ਅੱਛਾ ਜੇ ਮੈਂ ਇੱਕ ਕਟਿਆ ਤਾਂ ਮੈਂ ਉਹਦੀ ਜਗ੍ਹਾ ਇੱਕ ਦੀ ਜਗ੍ਹਾ ਦਸ ਨਹੀਂ ਤੇ ਦੋ ਅੰਬ ਦੇ ਪੇੜ ਤਾਂ ਹੋਰ ਕਿਤੇ ਲਗਾ ਦੇਆ ਸਾਂਤੇ ਮੇਰਾ ਠੀਕ ਹੋ ਜਾਏਗਾ ਹਿਸਾਬ ਕਿਤਾਬ ਬੈਲੈਂਸ ਹੋ ਜਾਏਗਾ। ਔਰ ਮੈਂ ਅਗਰ ਉਹ ਨਹੀਂ ਕੀਤਾ ਤਾਂ ਫਿਰ ਮੈਂ ਕਿਦਾਂ ਐਕਸਪੈਕਟ ਕਰ ਸਕਦੀ ਆ। ਤੇ ਐਕਸਪੈਕਟੇਸ਼ਨ ਦੋ ਤਰ੍ਹਾਂ ਦੀ ਹੋ ਗਈ। ਹਾਂਜੀ। ਇੱਕ ਹੈ ਸਾਡੀ ਇਸ ਤਰੀਕੇ ਨਾਲ ਮੈਂ ਚੰਗਾ ਕੀਤਾ ਤੁਸੀਂ ਚੰਗਾ ਕਰੋਗੇ। ਔਰ ਇੱਕ ਇਹ ਐਕਸਪੈਕਟੇਸ਼ਨ ਹੈ ਮੈਂ ਆਪਣੇ ਵਾਸਤੇ ਸਵਾਰਥ ਲਈ ਜਿੱਦਾਂ ਕਹਿੰਦੇ ਨੇ ਆਪਣਾ ਹੀ ਪੇਟ ਭਰਨ ਲਈ। ਹਾਂਜੀ। ਤਕਨਦੇ ਪੇਟ ਤਾਂ ਭਰ ਜਾਂਦਾ ਪਰ ਪੇਟੀਆਂ ਕਦੀ ਨਹੀਂ ਭਰਦੀਆਂ ਬਿਲਕੁਲ ਤੇ ਅਸੀਂ ਪੇਟੀਆਂ ਭਰਨ ਵਾਲੇ ਜਿਹੜੇ ਕੰਮ ਕਰਦੇ ਆ ਨਾ ਉਹ ਫਿਰ ਸਾਨੂੰ ਦੁੱਖ ਦਿੰਦੇ ਆ ਦੀਦੀ ਤੁਸੀਂ ਸਾਨੂੰ ਉਦਾਹਰਣ ਸਰੂਪ ਕੁਝ ਦੱਸੋਗੇ ਕਿ ਜਿਹੜੇ ਅੱਛੇ ਕਰਮ ਤੇ ਬੁਰੇ ਕਰਮ ਕਿਸ ਤਰ੍ਹਾਂ ਸੀ ਡਿਫਰੈਂਸ਼ੀਏਟ ਕਰ ਸਕਦੇ ਆ ਇਹਨਾਂ ਦਾ ਫਰਕ ਕਿਸ ਤਰ੍ਹਾਂ ਜਾਣ ਸਕਦੇ ਆ ਕੋਈ ਵੀ ਕਰਮ ਅਸੀਂ ਕਰੀਏ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣੀ ਆ ਤੁਸੀਂ ਸਮਝੋ ਲੰਚ ਕਰ ਰਹੇ ਹੋ ਡਿਨਰ ਕਰ ਰਹੇ ਹੋ ਅੱਜ ਖਾਣਾ ਬਹੁਤ ਅੱਛਾ ਬਣਿਆ ਹਾਂਜੀ और मेरी चॉइस का बनया और चॉइस का बनया इस करके मैं एक रोटी अद्धी रोटी फालतू खा ली समोसा नाल बनया एक वो भी हो गया तो फिर असि बाद कहने ओ अच्त बड़े ओवरलोड हो गए फिर वो भुगतना तो खुद में ही पेगा ना है। इस करके जरूरत है अपने दिल दिमाग नैलेंस रख भी करम कर अपने दिल दिमाग न किसी भी तरह के वातावरण ਵਿਅਕਤੀ ਪਰ ਸਥਿਤੀ ਨਾਲ ਇਫੈਕਟਡ ਨਾ ਹੁੰਦੇ ਅਸੀਂ ਐਕਚੁਅਲੀ ਦੂਸਰਿਆਂ ਨਾਲ ਪਹਿਲੇ ਹੀ ਇਫੈਕਟਡ ਹੋ ਜਾਂਦੇ ਆ ਪ੍ਰਭਾਵਿਤ ਹੋ ਜਾਂਦੇ ਆ ਇਹ ਵਿਅਕਤੀ ਬਹੁਤ ਚੰਗਾ ਹੈ ਇਹ ਬਹੁਤ ਸੋਨਾ ਗੰਦਾ ਹੈ ਇਹ ਬਹੁਤ ਅੱਛਾ ਬਣਾਉਂਦਾ ਹੈ ਅੱਜ ਇਹ ਸਮੋਸੇ ਬਹੁਤ ਅੱਛਾ ਬਣਾਉਂਦਾ ਇੱਕ ਦੀ ਜਗ੍ਹਾ ਦੋ ਖਾ ਲਿਆ ਉਹ ਭੁਗਤੇਗਾ ਕੌਣ ਅਸੀਂ ਖੁਦ ਤੇ ਇਸ ਦਾ ਮਤਲਬ ਇਹ ਹੈ ਕਿ ਆਪਣੇ ਦਿਲ ਦਿਮਾਗ ਦਾ ਇਕ ਤਾਂ ਬੈਲੈਂਸ ਰੱਖਣਾ ਚੰਗੇ ਕਰਮ ਕਰਨ ਲਈ ਦੂਸਰਾ ਆਪਣੇ ਦਿਲ ਦਿਮਾਗ ਨੂੰ ਕਿਸੇ ਦੇ ਉਸ ਦੇ ਪ੍ਰਭਾਵ ਚ ਨਾ ਆਣ ਦਿਓ ਆਪਣੇ ਦਿਲ ਦਿਮਾਗ ਨੂੰ ਅਸੀਂ ਕਿਸ ਤਰ੍ਹਾਂ ਬੈਲੈਂਸ ਕਰ ਸਕਦੇ ਹਾਂ ਕਿਉਂਕਿ ਸਾਰਾ ਟਾਈਮ ਇੰਨੀ ਬਿਜ਼ੀ ਲਾਈਫ ਹੋ ਚੁੱਕੀ ਹੈ ਸਾਰਿਆਂ ਦੀ ਭੱਜ ਦੌੜ ਮਤਲਬ ਫਿਰ ਵੀ ਕਿਸ ਤਰ੍ਹਾਂ ਸੀ ਬੈਲੈਂਸ ਕਰ ਸਕਦੇ ਆ ਆਪਣੇ ਦਿਮਾਗ ਤੇ ਦਿਲ ਨੂੰ ਦਿਲ ਦਿਮਾਗ ਨੂੰ ਬੈਲੈਂਸ ਕਰਨ ਦੇ ਲਈ ਦੋ ਗੱਲਾਂ ਹਨ ਇੱਕ ਤਾਂ ਆਪਣੇ ਅੰਦਰ ਇੰਨੀ ਅੰਡਰਸਟੈਂਡਿੰਗ ਚਾਹੀਦੀ ਹੈ ਸਮਝ ਚਾਹੀਦੀ ਹੈ ਮੈਂ ਕਿਤੇ ਵੀ ਜਾਵਾਂ ਕਿ ਕਿਸ ਤਰ੍ਹਾਂ ਵੀ ਰਵਾਂ ठीक मैन खुद न ठीक रहना दूसरा थोड़ा जि अपने दिल दिमाग में ट्रेनिंग भी दे और वो ट्रेनिंग है राजयोग मैडीटेन या तुम अपने आप में थोड़ी देर सइलेंस बिठाओ समझो तो अज किसी ने कुछ कहता मूड ऑफ हो गया तुम रो रो के बुरा हाल किता होया हम कहो ग मैं तो कुछ गलत किया नहीं अच्छा जब मैं गलत नहीं किया गलत उन्हें किया तो मैं रो क्यों रही हूँ तो उस टाइम अपने दिल दिमाग में बैलेंस करना आ कि अच्छा इन्हें क्या है ना मैं तो नहीं किया अपने मन में शांत रखा मैं अपने hmm. दिल दिमाग ठंडा रखा एक्चुअली असी अपने आप न खुद रिस्पैक्ट जानते वी एक्सपैक्ट रिसपैक्ट फ्रॉम अदरस तुम मैं रिसपैक्ट दो मैं अपने आपू रैक्ट दिनी हाँ अपने आप को रिस्पैक्ट देना मतलब है हर परिस्थिति मैं, मतलब मैं अपने आप स्टेबल रखती हाँ ਮੇਰਾ ਦਿਲ ਦਿਮਾਗ ਸਥਿਰ ਹੈ ਜਿਹੜਾ ਰੀਬਰਥ ਜਾਂ ਪੁਨਰ ਜਨਮ ਦੀ ਜਿਹੜੀ ਗੱਲ ਕਰ ਰਹੇ ਆ ਉਹ ਸਿਰਫ ਇੱਕ ਇੰਡੀਅਨ ਸਾਡੇ ਭਾਰਤ ਦੇਸ਼ ਵਿੱਚ ਸਾਨੂੰ ਇਸ ਚੀਜ਼ ਤੇ ਵਿਸ਼ਵਾਸ ਹੋ ਸਕਦਾ ਹੈ ਪਰ ਜਿਹੜੇ ਅਸੀਂ ਵੈਸਟਰਨ ਕੰਟਰੀਜ਼ ਭਾਰਤ ਤੋਂ ਬਾਹਰ ਦੇਖੀਏ ਉਹ ਪੁਨਰ ਜਨਮ ਜਾਂ ਰੀਬਰਥ ਵਿੱਚ ਤਾਂ ਵਿਸ਼ਵਾਸ ਕਰਦੇ ਨਹੀਂ ਉਹ ਵੀ ਹੁਣ ਮੰਨਣ ਲੱਗ ਗਏ ਹੈ ਕਿ ਰੀਬਰਥ ਤਾਂ ਹੈ ਹੀ ਹੈ ਇਹ ਤਾਂ ਕਈ ਐਸੇ ਰਿਸਰਚ ਵਰਕ ਵੀ ਹੋਏ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਰੀਬਰਥ ਤਾਂ ਹੈ ਕਈ ਲੋਕਾਂ ਨੂੰ ਆਪਣੀ ਪੁਰਾਣੀ ਗੱਲਾਂ ਯਾਦ ਰਹਿੰਦੀਆਂ ਬਹੁਤ ਛੋਟਾ ਜਿਹਾ ਬੱਚਾ ਦੱਸਦਾ ਮੈਂ ਉਹ ਉੱਥੇ ਸੀ ਉੱਥੇ ਸੀ ਇਹ ਇੱਕ ਅਲੱਗ ਟੌਪਿਕ ਹੈ ਅਸੀਂ ਇਹਨੂੰ ਅਜੇ ਨਹੀਂ ਛੇੜਾਂਗੇ ਪਰ ਜਿਹੜੀ ਕਰਮ ਦੀ ਗੱਲ ਹੈ ਉਹ ਜਿਹੜਾ ਆਪਣੇ ਸੰਸਕਾਰ ਲੈ ਕੇ ਆਇਆ ਹੈ ਉਹ ਸੰਸਕਾਰ ਦੇ ਜਿਹੜੇ ਵਾਈਬ੍ਰੇਸ਼ਨਸ ਹੈ ਇਹ ਕੰਮ ਕਰਦੇ ਹੈ ਤੇ ਅਸੀਂ ਸੰਸਕਾਰ ਜਿਹੜੇ ਹੈਗੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਫਰਕ ਜਾਣ ਸਕਦੇ ਆ ਕਿ ਕਰਮ ਤੇ ਸੰਸਕਾਰਾਂ ਵਿੱਚ ਮਤਲਬ ਕੀ ਲਿੰਕ ਕੀ ਹੈ ਸਾਡੇ ਸੰਸਕਾਰ ਤੇ ਜਿਹੜਾ ਨਹੀਂ ਇਹਦੇ ਚ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਸੰਸਕਾਰ ਹੈ ਕੀ ਚੀਜ਼ ਕੋਈ ਵੀ ਕੰਮ ਕਰਨ ਤੋਂ ਪਹਿਲੇ ਤੁਸੀਂ ਅੰਦਰ ਸੋਚਦੇ ਹੋ ਇਹ ਕਰਾਂ ਇਹ ਨਾ ਕਰਾਂ ਇੱਥੇ ਜਾਵਾਂ ਨਾ ਜਾਵਾਂ ਇਹਨੂੰ ਆਪਣਾ ਫਰੈਂਡ ਬਣਾਵਾਂ ਜਾਂ ਨਾ ਬਣਾਵਾਂ ਇਹ ਸਾਡੇ ਅੰਦਰ ਇੱਕ ਸੋਚ ਹੈ ਉਸ ਤੋਂ ਬਾਅਦ ਅਸੀਂ ਉਹਨੂੰ ਆਪਣੇ ਪ੍ਰੈਕਟੀਕਲ ਐਕਸ਼ਨ ਚ ਲੈ ਆਨੇ ਆਂ ਔਰ ਅਗਰ ਉਹ ਸਾਡਾ ਪ੍ਰੈਕਟੀਕਲ ਐਕਸ਼ਨ बार-बार ਹੁੰਦਾ ਰਹਿੰਦਾ ਹੈ ਜਿੱਦਾਂ ਫਰੈਂਡਸ਼ਿਪ ਦੇਖ ਲਓ ਜਿਸ ਬੰਦੇ ਨਾਲ ਅਸੀਂ बार-बार बार-बार ਮਿਲਦੇ ਰਹਿੰਦੇ ਆ ਹੌਲੀ-ਹੌਲੀ ਸਾਡੀ ਫਰੈਂਡਸ਼ਿਪ ਵੱਧ ਜਾਂਦੀ ਹੈ ਆਪਸ ਵਿੱਚ ਬੜਾ ਚੰਗਾ ਸੋਨਾ ਰਿਸ਼ਤਾ ਬਣ ਜਾਂਦਾ ਹੈ ਅੱਛਾ ਪਿਆਰ ਹੋ ਜਾਂਦਾ ਹੈ ਤਾਂ ਇਹ ਕੀ ਹੈ ਜਿਹੜਾ ਕਰਮ ਅਸੀਂ बार-बार ਕਰਦੇ ਆ ਸੋਚ ਤੋਂ ਬਾਅਦ ਉਹ ਸਾਡਾ ਸੰਸਕਾਰ ਬਣ ਤੁਸੀਂ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਰੇ ਸਾਡੇ ਵਾਸਤੇ ਸ਼ੋਅ ਵਿੱਚ ਆਏ ਹੋ ਤੇ ਸਾਨੂੰ ਬਹੁਤ ਚੰਗਾ ਲੱਗਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਸਾਨੂੰ ਬੁਰੇ ਕਰਮਾਂ ਤੇ ਅੱਛੇ ਕਰਮਾਂ ਵਾਸਤੇ ਸਾਨੂੰ ਕਿਸ ਤਰ੍ਹਾਂ ਇਹਦੇ ਵਿੱਚ ਫਰਕ ਤੁਸੀਂ ਦੱਸਿਆ ਤੇ ਜਿਸ ਤਰ੍ਹਾਂ ਤੁਸੀਂ ਸੰਸਕਾਰ ਤੇ ਕਰਮਾਂ ਬਾਰੇ ਦੱਸ ਰਹੇ ਸੀ ਬਹੁਤ ਅੱਛਾ ਲੱਗਿਆ ਸਾਨੂੰ ਇਹ ਸੁਣ ਕੇ ਅਸੀਂ ਅਗਲੇ ਐਪੀਸੋਡ ਵਿੱਚ ਤੁਹਾਡੇ ਨਾਲ ਫਿਰ ਉੱਪਰ ਗੁਫ਼ਤਗੂ ਕਰਨਾ ਚਾਹਾਂਗੇ ਥੈਂਕ ਯੂ ਮਮ ਸ਼ਾਂਤੀ ਦੋਸਤੋ ਮੈਨੂੰ ਯਕੀਨ ਹੈ ਤੁਹਾਨੂੰ ਅੱਜ ਦਾ ਸ਼ੋਅ ਪਸੰਦ ਆਇਆ ਹੋਵੇਗਾ ਅੱਜ ਅਸੀਂ ਗੱਲ ਕੀਤੀ ਹੈ ਬੁਰੇ ਕਰਮ ਤੇ ਅੱਛੇ ਕਰਮਾਂ ਵਾਸਤੇ ਅਗਲੇ ਸ਼ੋਅ ਵਿੱਚ ਅਸੀਂ ਜ਼ਰੂਰ ਡਿਸਕਸ ਕਰਾਂਗੇ ਦੀਦੀ ਨਾਲ ਤੁਸੀਂ ਸਾਡੇ ਨਾਲ ਬਨੇ ਰਹੋ ਕਿ ਸੰਸਕਾਰ ਤੇ ਜਿਹੜੇ ਕਰਮ ਹੈ ਉਹਨਾਂ ਵਿੱਚ ਕੀ ਲਿੰਕ ਹੈ ਤੇ ਸੰਸਕਾਰਾਂ ਬਾਰੇ ਹੋਰ ਗੱਲ ਕਰਾਂਗੇ ਕਿ ਸੰਸਕਾਰ ਹੁੰਦੇ ਕੀ ਹੈ ਸਾਡੇ ਨਾਲ ਬਨੇ ਰਹੋ ਤੇ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ